ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋਰੇ ਮੀਤ। ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋਰੇ ਮੀਤ।
ਕਹ ਨਾਨਕ ਤੇਰੇ ਨਾਰੰਗ ਹੋ ਰੇ ਮੀ
रचना सब झूठ है जान ले हो रे मीत जग रचना सब झूठ है जान ले हो रे मीत सगल
ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋਵੇ ਮੀਠ। ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋਵੇ ਮੀਠ। ਸਤਿਗੁਰਾਂ ਦੀ ਸਾਂਝੀ ਔਰ ਨਿਵਾਜੀ। ਸਤਿਗੁਰ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ, ਜਿੰਨੀ ਵੀ ਸੰਗਤ ਸਰਵਰੇ ਕੈਨਾਤ ਵਾਲੀਆ ਦੋ ਜਹਾਨ, ਸਮੁੱਚੇ ਮਨੁੱਖਤਾ ਦੇ ਅਵਤਾਰ, ਧਾਰਮਿਕ ਗ੍ਰੰਥਾਂ ਦੇ ਸਵਾਮੀ, ਦਸ ਪਾਤਸ਼ਾਹ ਜੋਤ, ਜੁਗੋ ਜੁਗ ਅਟਲ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੁਭਾਏਮਾਨ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਤਿਸੰਗ ਜੀ, ਆਪ ਜੀ ਫਤਿਹ ਦੀ ਸਾਂਝ ਪਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨਕੀ ਚਰੀ ਦਰਗੇ ਪਾਟੀ, ਤਿੰਨਾ ਮਰਨਾ ਭਾਈ ਦੇ ਪਾਵਨ ਵਾਕ ਅਨੁਸਾਰ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਪਾਵਨ ਵਾਕ ਅਨੁਸਾਰ,
ਗੁਰੂ ਘਰ ਦੇ ਪ੍ਰੀਤਵਾਨ ਸਰਦਾਰ ਹਰਬੰਸ ਸਿੰਘ ਜੀ ਪਵਾਰ, ਜਿੰਨੀ ਕੁ ਸਵਾਸਾ ਪੂੰਜੀ, ਟੈਂਪਲ ਘੜੀਆਂ, ਆਯੂ ਅਰਾਬਲਾ ਲੈ ਕੇ ਇਹ ਸੰਸਾਰ 'ਤੇ ਆਏ, ਉਹਨੂੰ ਭੋਗ ਕਰਕੇ ਅਕਾਲ ਚਲਾਣਾ ਕਰ ਗਏ ਸੀ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਭਲੇ ਵਾਸਤੇ ਬੇਨਤੀ ਕਰਦੇ ਹੋਏ ਤੁਰਕੀ ਬਾਣੀ ਦਾ ਊਟ ਆਸਰਾ ਪਰਿਵਾਰ ਨੇ ਲਿਆ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਗੁਰੂ ਸਾਹਿਬ ਦੇ ਵੀ ਵਾਕ ਨੇ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਆ ਉਹੋ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਜਿਹੜੀ ਆਪਾਂ ਬਾਣੀ ਦਾ ਪਾਠ ਕਰਦੇ ਹਾਂ, ਸਹਿਜ ਪਾਠ, ਖੰਡ ਪਾਠ ਸਾਹਿਬ, ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ, ਸ਼ਬਦ ਹੈ ਇਹ ਚਾਰ ਗੁਰਸਿੱਖਾਂ ਵਿੱਚੋਂ ਬਾਬਾ ਸੁੰਦਰ ਜੀ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 923 ਅੰਗ 'ਤੇ ਸ਼ਬਦ ਹੈ, 924 'ਤੇ ਇਹ ਸੰਪੂਰਨ ਹੁੰਦਾ ਹੈ ਸ਼ਬਦ। ਇਸ ਕਰਕੇ ਜਦੋਂ ਆਪਣੇ ਪਰਿਵਾਰ ਦਾ ਜੀ ਕੋਈ ਜਾਂ ਕੋਈ ਸਾਕ ਸੰਬੰਧੀ, ਜਦੋਂ ਪਰਮਾਤਮਾ ਦਾ ਟਾਈਮ ਆਉਂਦਾ ਦਿੱਤੀ ਆਜੂ ਅਨੁਸਾਰ ਭੋਗ ਕੇ ਤੁਰ ਜਾਂਦਾ, ਬਾਅਦ ਵਿੱਚ ਸਹਿਜ ਪਾਠ ਖੰਡ ਪਾਠ ਸਾਹਿਬ ਬਾਣੀ ਦਾ ਜਾਪ ਕਰਦੇ ਹਾਂ। ਮਹਾਰਾਜ ਨੇ ਕਿਹਾ ਆਪਣੇ ਤੋਂ, ਜਦੋਂ ਮਹਾਰਾਜ ਨੇ ਸਰੀਰ ਛੱਡਣਾ ਸੀ ਗੁਰੂ ਅਮਰਦਾਸ, ਅੰਤੇ ਸਤਿਗੁਰ ਬੋਲਿਆ, ਅੰਤ ਵੇਲੇ ਸਤਿਗੁਰ ਬੋਲੇ ਨੇ ਮੈਂ ਪਿੱਛੇ ਕੀਰਤਨ, ਕੀਰਤਨ ਕੀਰਤੀ ਉਹਦੀ ਸਿਫਤ ਸਲਾਹਤਾ ਕਰਨੀ, ਮੇਰੇ ਮਗਰੋਂ ਬਾਣੀ ਪੜ੍ਹਨੀ, ਸਿਮਰਨ ਕਰਨੀ, ਮੇਰੇ ਸਿੱਖ ਹੋ, ਪੁੱਤ ਹੋ, ਭਾਈ ਹੋ, ਮੇਰੇ ਹਰ ਭਾਣਾ ਆਓ ਮੈਂ ਪਾ ਜੀਓ। ਮਹਾਰਾਜ ਨੇ ਕਿਹਾ ਵੀ ਹੁਣ ਭਾਣੇ ਦਾ ਸਮਾਂ ਆ ਗਿਆ ਸੀ ਸਰੀਰ ਛੱਡਣਾ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮਤ ਮੈਂ ਪਿੱਛੇ ਕੋਈ ਰੋਗ ਸੀ ਸਾਡੇ ਮਗਰੋਂ, ਰੋਣਾ ਨਹੀਂ, ਰੋਣਾ ਨਹੀਂ ਕਿਸੇ ਨੇ, ਕੀ ਕਰਨਾ ਫਿਰ। ਸਾਹਿਬ ਕਹਿੰਦੇ ਨੇ 923 ਅੰਗ 'ਤੇ, ਇਹ ਬਾਬਾ ਸੁੰਦਰ ਜੀ ਦਾ ਸ਼ਬਦ ਹੈ, ਆਪਾਂ ਆਖਾਂਗੇ ਤੁਸੀਂ ਕਹਿ ਰਹੇ ਹੋ ਗੁਰੂ ਅਮਰਦਾਸ ਮਹਾਰਾਜ ਦਾ। ਇਹ ਗੁਰੂ ਅਮਰਦਾਸ ਮਹਾਰਾਜ ਤੋਂ ਸੁਣਿਆ ਸੀ ਬਾਬਾ ਸੁੰਦਰ ਜੀ ਨੇ, ਮਹਾਰਾਜ ਦਾ ਪੜਪੋਤਾ ਬਾਬਾ ਮੋਹਨ ਜੀ, ਬਾਬਾ ਮੋਹਣੀ ਮੋਹਨ ਜੀ ਅਤੇ ਮੋਹਰ ਜੀ ਸਪੁੱਤਰ ਨੇ ਮਹਾਰਾਜ ਦੇ, ਸਾਹਿਬਜ਼ਾਦੇ ਨੇ, ਬਾਬਾ ਆਨੰਦ ਪੁੱਤਰ ਅਤੇ ਬਾਬੇ ਆਨੰਦ ਦਾ ਪੁੱਤਰ ਸੀ ਬਾਬਾ ਸੁੰਦਰ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪੋਥੀਆਂ ਲੈਣ ਗਏ ਸੀ, ਉਦੋਂ ਫਿਰ ਇਹ ਜਦੋਂ ਮਹਾਰਾਜ ਇਸ ਸਥਾਨ 'ਤੇ ਗਏ ਨਾ ਜਿੱਥੇ ਮਹਾਰਾਜ ਸੰਸਕਾਰ ਗੁਰੂ ਅਮਰਦਾਸ ਮਹਾਰਾਜ, ਉੱਥੇ ਗਏ ਤਾਂ ਬਾਬਾ ਸੁੰਦਰ ਜੀ ਨੇ ਕਿਹਾ ਮਹਾਰਾਜ ਇਹ ਗੁਰੂ ਅਮਰਦਾਸ ਮਹਾਰਾਜ ਬਚਨ ਕਰ ਗਏ ਸੀ ਵਕਤ ਅੰਤ, ਅਤੇ ਇਸ ਕਰਕੇ ਸ਼ਬਦ ਤਾਂ ਗੁਰੂ ਅਮਰਦਾਸ ਮਹਾਰਾਜ ਦਾ ਉਦੋਂ ਉਚਾਰਿਆ, ਫਿਰ ਬਾਬਾ ਸੁੰਦਰ ਜੀ ਨੇ ਸੁਣਾਇਆ ਸਾਰਾ। ਤਾਂ ਕਰਕੇ ਚਾਰ ਗੁਰਸਿੱਖਾਂ ਵਿੱਚੋਂ ਜਿਵੇਂ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਭਾਈ ਮਰਦਾਨਾ ਜੀ ਅਤੇ ਚੌਥੇ ਗੁਰਸਿੱਖ ਨੇ ਭਾਈ ਸੁੰਦਰ ਜੀ, ਬਾਬਾ ਸੁੰਦਰ ਜੀ, ਅਤੇ ਉਹਨਾਂ ਦਾ ਨਾਮ ਵੀ ਆਉਂਦਾ 924 ਅੰਗ 'ਤੇ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਬਾਬਾ ਸੁੰਦਰ ਜੀ ਨੇ ਸੁਣਾਏ, ਗੁਰੂ ਅਮਰਦਾਸ ਮਹਾਰਾਜ ਜੀ ਕਹਿ ਕੇ ਗਏ ਸੀ ਵੀ ਸਾਡੇ ਮਗਰੋਂ ਰੋਣਾ ਨਹੀਂ, ਕੀ ਕਰਨਾ, ਅੰਤੇ ਸਤਿਗੁਰ ਬੋਲਿਆ, ਅੰਤ ਵੇਲੇ ਬੋਲੇ ਸੀ ਮਹਾਰਾਜ, ਮੈਂ ਪਿੱਛੇ ਕੀਰਤਨ ਕਰਿਓ ਨਿਰਬਾਣ ਜੀ, ਮੇਰੇ ਪਿੱਛੋਂ ਕੀਰਤਨ, ਬਾਣੀ ਮਤਲਬ ਕੀਰਤਨ, ਸਿਫਤ ਸਲਾਹ, ਬਾਣੀ ਪੜ੍ਹਨਾ ਵੀ ਉਹਦੀ ਸਿਫਤ ਸਲਾਹ ਹੈ, ਸਿਮਰਨ ਭਜਨ ਕਰਨਾ, ਬਾਣੀ ਦੀਆਂ ਵਿਚਾਰਾਂ, ਮੈਂ ਪਿੱਛੇ ਕੀਰਤਨ, ਕੀਰਤਨ ਵੀ ਕਰਨਾ ਹੈ,
ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਕਾਮਨਾ ਤੁਰੈ ਤੇ ਨਿਰਵਾਣ ਹੋ ਕੇ ਨਿਸ਼ਕਾਮ ਹੋ ਕੇ। ਇਹ ਸਤਿਗੁਰ ਨੇ ਵਕਤਿਅੰਤ ਬਚਨ ਕਹੇ ਸੀ, ਜਿਹੜੇ ਪਰਿਵਾਰ ਨੇ ਵੀ ਜਾਂ ਆਪਾਂ ਵੀ ਸਾਰੇ ਜਿੰਨੇ ਵੀ ਗੁਰਸਿੱਖ ਹਾਂ ਗੁਰੂ ਨਾਨਕ ਲੇਵਾ ਸੰਗਤਾਂ ਨੇ, ਜਦੋਂ ਕੋਈ ਜੀਵ ਚੜ੍ਹਾਈ ਕਰਦਾ ਤਾਂ ਪਾਠ ਕਰਾਉਂਦੇ। ਅਤੇ ਸਰਦਾਰ ਹਰਬੰਸ ਸਿੰਘ ਦੇ ਪਰਿਵਾਰ ਨੇ ਵੀ ਸ਼੍ਰੀ ਅਖੰਡ ਪਾਠ ਸਾਹਿਬ ਦਾ ਜਾਪ ਕਰਵਾਇਆ, ਤੁਰਕੀ ਬਾਣੀ ਦਾ ਪਾਠ ਕਰਵਾਇਆ, ਭੋਗ ਪਾਏ ਗਏ। ਭੋਗ ਤੋਂ ਉਪਰੰਤ ਗੁਰੂ ਘਰ ਵਿਖੇ, ਗੁਰੂ ਪਿੰਡ ਖੁੱਡਾ ਗੁਰਦੁਆਰਾ ਸਾਹਿਬ ਵਿਖੇ ਮਹਾਰਾਜ ਦੀ ਛਤਰਛਾਹ ਹੇਠ ਕੀਰਤਨ ਦੀਵਾਨ ਸੱਜ ਰਹੇ ਹਨ। ਸੋ ਸਾਰੀਆਂ ਸੰਗਤਾਂ ਨੂੰ, ਜਿੰਨੀ ਵੀ ਸੰਗਤ ਬਾਹਰ ਹੈ ਜਾਂ ਨਗਰ ਦੀ ਹੈ, ਸਾਰਿਆਂ ਨੂੰ ਬੇਨਤੀ, ਭਾਈ ਗੁਰੂ ਦੇ ਚਰਨਾਂ ਵਿੱਚ ਆ ਕੇ ਬੈਠੋ, ਗੁਰੂ ਦੀ ਕਿਰਪਾ ਦੇ ਪਾਤਰ ਜੇ ਬਣਨਾ, ਗੁਰੂ ਦੀ ਕਿਰਪਾ ਲੈਣੀ। ਕੋਈ ਠੰਡ ਇੰਨੀ ਨਹੀਂ ਹੈ ਆਪਣ ਜੀ ਆਪਾਂ ਮਹਿਸੂਸ ਕਰੀਏ, ਇਸ ਕਰਕੇ ਗੁਰੂ ਦੇ ਦਰਬਾਰ ਵਿੱਚ ਬਹਿਣਾ ਚਾਹੀਦਾ। ਜਦੋਂ ਦਰਬਾਰ 'ਚ ਥਾਂ ਨਾ ਮਿਲੇ ਫਿਰ ਬਾਹਰ ਬਹਿਣਾ ਚਾਹੀਦਾ, ਪਹਿਲਾਂ ਦਰਬਾਰ 'ਚ ਬਹਿਣਾ ਚਾਹੀਦਾ। ਜ਼ਿਆਦਾ ਦਰਬਾਰ ਤੋਂ ਬਾਹਰ ਉਹੀ ਬਹਿੰਦੇ ਨੇ ਜਿਨ੍ਹਾਂ ਨੇ ਕੋਈ ਨਿੰਦਿਆ ਚੁਗਲੀ ਜਾਂ ਗੱਲਾਂ ਕਰਨੀਆਂ ਹੁੰਦੀਆਂ ਨੇ, ਵੀ ਅੰਦਰ ਤਾਂ ਹੋਣੀਆਂ ਨਹੀਂ, ਫਿਰ ਉਹ ਭਾਰ ਲੈ ਕੇ ਜਾਣਗੇ, ਭਲਾ ਨਹੀਂ ਹੋ ਸਕੇਗਾ, ਲਾਹਾ ਨਹੀਂ ਲੈ ਕੇ ਜਾਣਗੇ ਉਹ। ਇਸ ਕਰਕੇ ਕਦੇ ਵੀ ਕਿਤੇ ਵੀ ਕੀਰਤਨ ਦੀਵਾਨ ਪਾਠ ਹੋਵੇ, ਗੱਲਾਂ ਨਹੀਂ ਕਰਨੀਆਂ, ਸੁਣਨਾ ਅਤੇ ਨਾ ਰੋਣਾ ਹੈ। ਜਿਹੜੇ ਸਿਆਣੇ ਸਮਝਦੇ ਨੇ ਗੁਰੂ ਦੇ ਉਪਦੇਸ਼ ਨੂੰ, ਮੰਨਦੇ ਨੇ, ਰੋਣਾ ਨਹੀਂ ਹੈ। ਆਹ ਦੇਖੋ ਗੁਰੂ ਅਮਰਦਾਸ ਮਹਾਰਾਜ ਦਾ ਸ਼ਬਦ ਸੁਣਾ ਰਹੇ ਨੇ ਬਾਬਾ ਸੁੰਦਰ ਜੀ, ਮਤ ਮੈਂ ਪਿੱਛੇ ਕੋਈ ਰੋਬ ਸੀ, ਰੋਣਾ ਨਹੀਂ ਸਾਡੇ ਮਗਰੋਂ, ਸੋ ਮੈਂ ਮੂਲ ਨਾ ਪਾਇਆ, ਸਾਡੇ ਮਗਰੋਂ ਰੋਣਾ ਨਹੀਂ ਹੈ। ਫਿਰ ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਵਿਦਵਾਨ ਜਨ ਪੰਡਿਤ, ਪੰਡਾ ਮੂੰਹ ਬੁੱਧੀ ਵਾਲੇ ਨੂੰ ਪੰਡਿਤ ਕਿਹਾ ਗਿਆ ਹੈ ਗੁਰੂ ਘਰ ਵਿੱਚ, ਵਿਦਵਾਨ। ਉਹ ਗੁਰਮੁਖ ਪਿਆਰੇ ਗੁਰੂ ਦੇ ਆ ਕੇ ਗੁਰ ਇਤਿਹਾਸ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਕਰਨ, ਭੋਗ 'ਤੇ ਉਹ ਵਾਕ ਅਨੁਸਾਰ ਕੀਰਤਨ ਦੀਵਾਨ ਪ੍ਰਾਰੰਭ ਹੈ। ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਸਤਿਸੰਗ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਬਾਬਾ ਸੁੰਦਰ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ, ਹਰ ਮਤਲਬ ਪਰਮਾਤਮਾ, ਉਹਦੀ ਕਥਾ ਕਰਨੀ ਹੈ। ਪੁਰਾਣ ਜਦੋਂ ਹਿੰਦੂ ਵੀਰ ਉਹ ਬਰਾਦਰੀ ਦਾ, ਉਹ ਧਰਮ ਦਾ ਕੋਈ ਪੂਰਾ ਹੁੰਦਾ, ਫਿਰ ਉਹ ਗੜ੍ਹ ਪੁਰਾਣ ਦਾ ਪਾਠ ਕਰਦੇ ਨੇ, ਜਿਵੇਂ ਆਪਾਂ ਅਖੰਡ ਪਾਠ ਸਾਹਿਬ ਸਹਿਜ ਪਾਠ ਕਰਦੇ। ਇਸ ਕਰਕੇ ਆਪਾਂ ਨੂੰ ਮਹਾਰਾਜ ਦਾ ਹੁਕਮ ਹੈ, ਉਹ ਬਚਨ ਅਨੁਸਾਰ ਪਰਿਵਾਰ ਨੇ ਜਾਪ ਵੀ ਸ਼੍ਰੀ ਅਖੰਡ ਪਾਠ ਸਾਹਿਬ ਦਾ ਕਰਾਇਆ ਅਤੇ ਗੁਰਬਾਣੀ ਦੇ ਜੋ ਕੀਰਤਨ ਦਰਬਾਰ ਵੀ ਸੱਜ ਰਹੇ ਨੇ। ਆਪ ਜੀ ਨੇ ਪਾਵਨ ਸ਼ਬਦ ਪੜ੍ਹਿਆ ਹੁਣੇ ਹੀ, ਗੁਰੂ ਤੇਗ ਬਹਾਦਰ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ, ਬੈਰਾਗਮਈ ਸਲੋਕ ਨੇ ਗੁਰੂ ਤੇਗ ਬਹਾਦਰ ਮਹਾਰਾਜ, ਜਿਹੜਾ ਤੁਸੀਂ ਸ਼ਬਦ ਸਰਵਣ ਕੀਤਾ ਹੈ, 1429 ਅੰਗ 'ਤੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, 1429 ਅੰਗ 'ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਜੱਗ ਬਾਰੇ ਦੱਸ ਰਹੇ ਨੇ। ਅਤੇ ਸਲੋਕ ਦਾ ਜੋ ਸਲੋਕ ਹੈ, 49ਵਾਂ ਸਲੋਕ ਹੈ ਜਿਹੜਾ ਤੁਸੀਂ ਸ਼ਬਦ ਸਰਵਣ ਕੀਤਾ ਹੈ, 1429 ਅੰਗ ਅਤੇ 49ਵਾਂ ਸਲੋਕ, 49ਵਾਂ ਸਰਵਣ ਕੀਤਾ ਹੈ, 50ਵਾਂ, 51ਵਾਂ ਅਤੇ 52ਵਾਂ, ਇਹ ਤੁਸੀਂ ਸਲੋਕ ਕੀਰਤਨ ਰੂਪ ਵਿੱਚ ਸਰਵਣ ਕੀਤੇ ਨੇ। ਆਪਾਂ ਇੱਥੇ ਵਿਚਾਰ ਕਰਾਂਗੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਜਗ ਰਚਨਾ ਸਭ ਝੂਠ ਹੈ ਜਾਣ ਲਿਓ,
ਜਗ ਰਚਨਾ ਸਭ ਝੂਟ ਹੈ ਜਾਣ ਲਿਓ ਰੇ ਮੀਤ। ਇਹ ਜਿੰਨੀ ਵੀ ਜਗ ਦੀ ਰਚਨਾ ਹੈ ਜਾਣਨਾ ਕਰ ਇਹ ਸਾਰੀ ਝੂਠ ਹੈ। ਅਤੇ ਅੱਗੇ ਮਹਾਰਾਜ ਕਹਿੰਦੇ ਜੋ ਵੀ ਤੈਨੂੰ ਦਿਸ ਰਿਹਾ ਉਹ ਸਭ ਝੂਠ ਹੈ। ਕਹਿ ਨਾਨਕ ਥਿਰ ਨਾ ਰਹਿ। ਮਹਾਰਾਜ ਜਿਉਂ ਬਾਲੋ ਕੀ ਪੀਤ, ਇਸ ਤਰ੍ਹਾਂ ਜੱਗ ਦੀ ਰਚਨਾ ਝੂਠ ਹੈ ਜੋ ਦਿਖ ਰਿਹਾ ਹੈ। ਕਹੀਏ ਰੇਤ ਭੀਤ, ਕਹੀਏ ਕੰਧ, ਜਿਵੇਂ ਰੇਤ ਦੀ ਕੰਧ ਹੁੰਦੀ ਹੈ, ਹਵਾ ਦਾ ਬੁੱਲਾ ਹੁੰਦਾ ਤੇ ਢਹਿ ਢੇਰੀ ਹੋ ਜਾਂਦੀ ਹੈ, ਤੇ ਇਹ ਸਰੀਰ ਵੀ ਇਹ ਜੱਗ ਦੀ ਰਚਨਾ ਵੀ ਇਸ ਤਰ੍ਹਾਂ ਜਦੋਂ ਕਾਲ ਦਾ ਬੁੱਲਾ ਹੈ ਨਾ, ਤੇ ਜਿਹੜਾ ਆਪਾਂ ਕਹਿੰਦੇ ਅਮੇਰਿਕਾ ਯੂਨਾਈਟਿਡ ਕੰਟਰੀ ਹੈ ਅਮੇਰਿਕਾ, ਅਤੇ ਜਦੋਂ ਉੱਥੇ ਕਾਲ ਦਾ ਬੁੱਲਾ ਹੁੰਦਾ ਵੱਡੀਆਂ ਵੱਡੀਆਂ ਬਿਲਡਿੰਗਾਂ ਢਹਿ ਢੇਰੀ ਹੋ ਜਾਂਦੀਆਂ, ਵੱਡੀਆਂ ਵੱਡੀਆਂ ਬਿਲਡਿੰਗਾਂ ਜਦੋਂ ਆਉਂਦਾ ਕਾਲ ਦਾ ਬੁੱਲਾ। ਜੇ ਕੋਈ ਕਹੇ ਵੀ ਬੜਾ ਪ੍ਰਬੰਧ ਕੀਤਾ, ਬਾਬਾ ਫਰੀਦ ਨੇ ਤਾਂ ਕਿਹਾ ਫਿਰ ਮਲਕਲ ਮੌਤ ਜਾਪਸੀ ਸਭ ਦਰਵਾਜ਼ੇ ਭੰਨ, ਜਿੰਨੀਆਂ ਮਰਜ਼ੀ ਕੋਠੀਆਂ ਦੇ ਦਰਵਾਜ਼ਿਆਂ ਦੇ ਪੈਟ ਜੀ ਜਿੰਦਰੇ ਲਾ ਦੀ ਭਾਵੇਂ ਤਾਲੇ ਲਾ ਦੀ, ਪਰ ਜਦੋਂ ਟਾਈਮ ਆ ਗਿਆ ਫਿਰ ਉਹ ਸਾਰੇ ਦਰਵਾਜ਼ੇ ਭੰਨ ਕੇ। ਬਾਕੀ ਸਰੀਰ ਦੇ ਵੀ ਦਰਵਾਜ਼ੇ ਨੇ, ਉੱਥੇ ਵੀ ਆਪਾਂ ਅੰਤਰੀਵ ਵਿਚਾਰ ਕਰ ਸਕਦੇ ਹਾਂ, ਕਿਉਂਕਿ ਗੁਰਬਾਣੀ ਅਗਾਧ ਬੋਧ ਹੈ, ਥਾ ਸਮੁੰਦਰ ਹੈ, ਕੋਈ ਅੰਤ ਨਹੀਂ। ਕੋਈ ਵਕਤਾ ਕਹਿ ਨਹੀਂ ਸਕਦਾ ਵੀ ਇੱਥੋਂ ਤੱਕ ਅਰਥ ਨੇ ਬਸ, ਵੀ ਜੋ ਕਰਦੇ ਨਾ। ਆਪ ਆਪਣੀ ਬੁੱਧ ਹੈ ਜੇਤੀ, ਬਰਨਦ ਭਿੰਨ ਭਿੰਨ ਤੋਹੇ ਤੇਤੀ, ਜਿੰਨੀ ਸਮੱਤ ਗੁਰੂ ਸਾਹਿਬ ਨੇ ਬਖਸ਼ੀ। ਅਭਿਆਸੀਆਂ ਨੂੰ ਹੋਰ ਅਨੁਭਵ ਹੁੰਦਾ ਹੈ, ਅਨੁਭਵ ਨਾਲ ਵੀ ਅਰਥ ਕਰਦੇ ਨੇ ਜਿਹੜੇ ਸਿਮਰਨ ਦਾ ਅਭਿਆਸ ਕਰਦੇ ਨੇ। ਸੱਚੇ ਪਾਤਸ਼ਾਹ ਜੱਗ ਦੀ ਰਚਨਾ ਝੂਠ ਹੈ ਪ੍ਰਮਾਣ ਦੇਖ ਕੇ ਸਮਝਾਉਂਦੇ ਨੇ ਇਸ ਤਰ੍ਹਾਂ। ਕਹਿ ਨਾਨਕ ਥਿਰ ਨਾ ਰਹਿ ਜਿਉਂ ਬਾਲੋ ਕੀ ਭੀਤ, ਜਿਵੇਂ ਰੇਤ ਦੀ ਕੰਧ ਹੁੰਦੀ ਹੈ ਇਸ ਤਰ੍ਹਾਂ ਉਹ ਗਿਰ ਜਾਂਦੀ ਹੈ, ਵਾਦਾ ਬੁੱਲਾ ਆਉਂਦਾ, ਅਤੇ ਤੇਰੇ 'ਤੇ ਵੀ ਸੰਸਾਰ 'ਤੇ ਵੀ ਕਦੋਂ ਕਾਲ ਦਾ ਬੁੱਲਾ ਆ ਜਾਣਾ। ਆਜ ਕਾਲ ਪੁਨ ਤੋਹੇ ਗਰਸ ਹੈ ਸਮਝ ਰੱਖ ਉਚੀਤ, ਕਹਿ ਨਾਨਕ ਰਾਮ ਭੱਜ ਲੈ ਜਾ ਤੇ ਅਵਸਰ ਬੀਤ। ਕੋਈ ਪਤਾ ਨਹੀਂ ਹੈ, ਇਸ ਕਰਕੇ ਕੋਈ ਮਨਿਆਦ ਨਹੀਂ ਹੈ। ਅੱਗੇ ਫਿਰ ਮਹਾਰਾਜ ਪ੍ਰਮਾਣ ਦੇਖ ਕੇ ਸਮਝਾਉਂਦੇ ਨੇ ਵੀ ਜੱਗ ਦੀ ਰਚਨਾ ਝੂਠ ਕਿਵੇਂ। ਮਹਾਰਾਜ ਨੇ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਸਮਝਾਇਆ, ਉਦਾਹਰਣਾਂ ਦੇ ਦੇ ਕੇ। ਰਾਮ ਗਿਓ ਰਾਵਣ ਗਿਓ ਜਾਕੋ ਬਹੁ ਪਰਿਵਾਰ, ਵੇਖੋ ਕਿੱਡਾ ਵੱਡਾ ਪ੍ਰਮਾਣ, ਇਗਜ਼ੈਂਪਲ ਕਿੱਡੀ ਵੱਡੀ ਦਿੱਤੀ ਮਹਾਰਾਜ ਨੇ ਵੀ ਜੱਗ ਦੀ ਰਚਨਾ ਝੂਠ ਹੈ, ਸੁਣੋ ਕਿਵੇਂ। ਰਾਵਣ ਜਿਹਨੂੰ ਕਹਿੰਦੇ ਨੇ ਵੀ ਉਹਨੇ ਪਾਵੇ ਨਾਲ ਕਾਲ ਬੰਨਿਆ ਸੀ, ਉਹ ਹੈ, ਉਹ ਵੀ ਤਾਂ ਕਾਲਵਸ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੇਖ ਐਡੇ ਐਡੇ ਵੱਡੇ ਬਲੀ ਜਿਹੜੇ ਕਾਲ ਨੂੰ ਵੀ ਕਾਬੂ 'ਚ ਕਰ ਸਕਦੇ ਨੇ, ਉਹ ਵੀ ਕਾਲ ਦੇ ਅਧੀਨ ਹੋ ਗਏ। ਵੈਸੇ ਹੈ ਸਾਰੀ ਅਧੀਨ, ਪਰ ਉਹਦੀ ਭੁੱਲ ਲਾ ਲਓ, ਉਹ ਕਹਿੰਦਾ ਸੀ ਕਾਲ ਮੇਰੇ ਅਧੀਨ ਹੈ, ਪਰ ਹੋ ਨਹੀਂ ਸਕਦਾ, ਸਾਰੇ ਉਹ ਕਾਲ ਪੁਰਖ ਦੇ ਅਧੀਨ ਨੇ, ਕਾਲ ਦੇ ਅਧੀਨ ਨੇ, ਸਮੇਂ ਦੇ ਅਧੀਨ ਨੇ, ਮੌਤ ਦੇ ਅਧੀਨ ਨੇ। ਰਾਮ ਗਏ ਰਾਵਣ ਗਏ, ਰਾਮ ਜੀ ਵੀ ਤੁਰ ਗਏ, ਉਹਨਾਂ 'ਤੇ ਵੀ ਕਾਲ ਆਇਆ। ਇਹ ਨਹੀਂ ਵੀ ਦੇਵਤਾ 'ਤੇ ਦੇਵਤਿਆਂ 'ਤੇ ਨਹੀਂ ਆਇਆ। ਮਹਾਰਾਜ ਨੇ ਚੌਪਈ ਸਾਹਿਬ ਦਾ ਪਾਠ ਪੜ੍ਹੋ, ਸੁਣੋ ਚੌਪਈ ਸਾਹਿਬ ਰਹਿ ਰਾਸ, ਰੋਜ਼ ਪੜ੍ਹਦੇ ਹੋ ਸੁਣਦੇ ਹੋ,
ਹਾਂ ਉਹ ਗੱਲ ਲੈ ਦੀ ਇਹਨਾਂ ਦੀ ਉਮਰ ਕਰੋੜਾਂ ਸਾਲ ਹੋ ਸਕਦੀ ਹੈ, ਪਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਬਚਨ ਮਿੱਥਿਆ ਨਹੀਂ ਹੋ ਸਕਦਾ ਸਤਸੰਗ ਜੀ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਸਾਰੇ ਅਧੀਨ ਨੇ ਦਸਵੇਂ ਪਾਤਸ਼ਾਹ ਨੇ। ਦਸਮ ਗ੍ਰੰਥ ਵਿੱਚ ਵੱਡਿਆਂ ਵੱਡਿਆਂ ਦੀ ਗਿਣਤੀ ਕੀਤੀ ਹੈ। ਏਕ ਸ਼ਿਵ ਭਏ ਇੱਕ ਗਏ ਇੱਕ ਫਿਰ ਭਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ, ਬ੍ਰਹਮਾਰ ਵਿਸ਼ਨ ਕੇ ਤੇ ਵੇਦ ਔਰ ਪੁਰਾਣ ਕੇ ਤੇ ਸਿਮਰਤ ਸਮੂਹਨ ਕੈ ਹੋਏ ਹੋਏ ਵਿਦੇ ਹੈ, ਮੋਹਨ ਦੀ ਮੁਦਾਰ ਕੇ ਤੇ ਅਸਨੀ ਕੁਮਾਰ ਕੇ ਤੇ ਅੰਸਾ ਕੁਮਾਰ ਕੇ ਤੇ ਕਾਲ ਬਸ ਭਏ ਹੈ, ਪੀਰ ਔਰ ਪਕੰਬਰ ਕੇ ਤੇ ਗਨੇ ਨਾ ਪਰਤੇ ਤੇ ਸਭ ਭੂਮ ਹੀ ਤੇ ਹੋਏ ਕਹਿ ਭੂਮ ਹੀ ਮਿਲੇਗੇ। ਸਾਰੇ ਭੂਮ ਤੋਂ ਮਿੱਟੀ ਤੋਂ ਹੀ ਪੈਦਾ ਹੋ ਕੇ ਇਹਦੇ ਵਿੱਚ ਹੀ ਮਿਲ ਜਾਂਦੇ ਨੇ। ਅੰਤ ਖੇ ਕੀ ਖੇ ਕੀ ਬਣ ਜਾਂਦਾ ਖੇ ਹੀ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਮਾਰ ਕਹਿੰਦੇ ਰਾਮ ਜੀ ਉਹ ਵੀ ਹੋ ਰਾਵਣ ਗਏ ਹੋ ਜਾ ਕੋ ਬਹੁ ਪਰਿਵਾਰ। ਏਡਾ ਵੱਡਾ ਪਰਿਵਾਰ, ਬਹੁ ਬਹੁ ਬਚਨ ਹੈ, ਬਹੁਤਾ ਪਰਿਵਾਰ ਕਿੰਨਾ। ਰਾਵਣ ਦਾ 1 ਲੱਖ ਤੇ ਪੁੱਤਰ, 1.25 ਲੱਖ ਪੁੱਤਰ, ਅਤੇ ਕਈ ਤਾਂ ਕਹਿੰਦੇ ਨੇ ਇਤਿਹਾਸ ਝੂਠਾ ਹੀ ਲਿਖਿਆ। ਚਲੋ ਇਤਿਹਾਸ ਨੂੰ ਤੁਸੀਂ ਕਹਿ ਦਿਓਗੇ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਦੇਣ ਉਹਦਾ 1 ਲੱਖ ਪੁੱਤਰ ਸੀ ਅਤੇ 1.25 ਲੱਖ ਪੁੱਤਰ ਆ, ਫਿਰ ਤਾਂ ਮੰਨਣਾ ਪੈਣਾ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਹੈ 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। 1 ਲੱਖ ਪੂਤ ਨਾਤੀ ਪੁੱਤਰਾ, ਤਹਿ ਰਾਵਣ ਘਰ ਦੀਆ, ਉਹਦੇ ਘਰ ਵੀ ਦੀਆ ਦੀਵਾ ਜਗਾਉਣ ਵਾਲਾ ਕੋਈ ਨਹੀਂ ਰਿਹਾ, ਦੀਆ ਨਾ ਬਾਤੀ। ਗੁਰੂ ਤੇਗ ਬਹਾਦਰ ਮਾਰ ਕਹਿੰਦੇ ਨੇ ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਮਹਾਰਾਜ ਕਹਿੰਦੇ ਇੱਥੇ ਥਿਰ ਕੁਛ ਵੀ ਨਹੀਂ ਹੈ, ਜਿਵੇਂ ਸੁਪਨਾ ਨਹੀਂ ਆਉਂਦਾ। ਸੁਪਨੇ 'ਚ ਆਪਾਂ ਨੂੰ ਐਂ ਲੱਗਦਾ ਵੀ ਬਿਲਕੁਲ ਹੀ ਸੱਚ ਹੋ ਗਿਆ, ਕਈ ਵਾਰ ਡਰਾਉਣਾ ਸੁਪਨਾ ਹੁੰਦਾ। ਸਿਮਰਨ ਕਰਕੇ ਸੋਇਆ ਕਰੋ, ਕੀਰਤਨ ਸੋਲੇ ਦਾ ਪਾਠ ਨੂੰ ਡਰ ਨਹੀਂ ਲੱਗੇਗਾ, ਸੁਪਨਾ ਡਰਾਉਣਾ ਨਹੀਂ ਆਏਗਾ। ਜਿਹਨੂੰ ਕੀਰਤਨ ਸੋਲੇ ਦਾ ਪਾਠ ਨਹੀਂ ਨਾ ਹੁੰਦਾ, ਉਹ 10-15 ਮਿੰਟ ਵਾਹਿਗੁਰੂ ਵਾਹਿਗੁਰੂ ਦੇ ਜਾਪ ਕਰਕੇ ਸੌਵੇਂ, ਉਹਨੂੰ ਸੁਪਨਾ ਨਹੀਂ ਆਏ। ਅਸੀਂ ਕਥਾ ਕਰ ਰਹੇ ਸੀ, ਕਿਸੇ ਬੀਬੀ ਨੂੰ ਡਰ ਲੱਗਦਾ ਸੀ, ਉਹ ਸੁਣਿਆ ਹੋਇਆ ਸੀ, ਉਹਨੇ ਜਾ ਕੇ ਜਦੋਂ ਪ੍ਰੈਕਟੀਕਲ ਕੀਤਾ, ਉਹਨੇ ਦੱਸਿਆ ਫਿਰ ਆ ਕੇ ਗੁਰੂ ਘਰ, ਕਹਿੰਦੇ ਮੈਂ ਉਵੇਂ 15-20 ਮਿੰਟ ਸਿਮਰਨ ਕਰਕੇ ਸੁੱਤੀ, ਮੈਨੂੰ ਕੋਈ ਸੁਪਨਾ, ਕੋਈ ਡਰ ਨਹੀਂ, ਕੋਈ ਦੱਬਾ ਨਹੀਂ ਪਿਆ। ਵਾਹਿਗੁਰੂ ਦੇ ਨਾਮ ਵਿੱਚ ਸ਼ਕਤੀ ਹੈ ਸਤਸੰਗ ਜੀ। ਆਪਣੇ ਬੱਚੇ ਜਿਹੜੇ ਡਰਦੇ ਨੇ ਨਾ, ਤੁਸੀਂ ਬੈਠੇ ਹੋ ਪੋਤਰਿਆਂ ਵਾਲੇ, ਆਪਣੇ ਪੋਤਰੇ ਨੂੰ ਦੋਤਰੇ ਨੂੰ ਲੈ ਕੇ ਝੋਲੀ 'ਚ ਸਤਨਾਮ ਵਾਹਿਗੁਰੂ ਇੱਕ ਓਂਕਾਰ ਦਾ ਪਾਠ ਕਰ ਦਿਓ, 10-15 ਮਿੰਟ ਡਰ ਨਹੀਂ ਲੱਗੇਗਾ। ਸਭ ਤੋਂ ਵੱਡੀ ਕਲਾਮ ਫਾਂਡਾ ਨਹੀਂ ਹੈ, ਇਹ ਪ੍ਰੈਕਟੀਕਲ ਗੱਲਾਂ ਨੇ, ਕੋਈ ਮਿਥਿਆਸ ਨਹੀਂ, ਝੂਠੀਆਂ। ਅਸੀਂ ਵੀ ਗ੍ਰਿਸਤੀ ਹਾਂ, ਅਸੀਂ ਵੀ ਬੱਚਿਆਂ ਵਾਲੇ ਹਾਂ। ਇਸ ਕਰਕੇ ਸਤਸੰਗ ਜੀ ਮਹਾਰਾਜ ਕਹਿੰਦੇ ਸੁਪਨੇ ਜਿਉ ਸੰਸਾਰ, ਜਿਵੇਂ ਸੁਪਨੇ 'ਚ ਸੱਚ ਲੱਗਦਾ ਹੈ, ਇਸ ਤਰ੍ਹਾਂ ਇਹ ਸੰਸਾਰ ਹੈ ਪਰ ਹੁੰਦਾ ਸੁਪਨਾ ਝੂਠਾ ਹੈ, ਸੰਸਾਰ ਵੀ ਝੂਠਾ ਹੈ, ਜਗ ਰਚਨਾ ਸਭ ਝੂਠ, ਸੁਪਨੇ ਜਿਉ ਸੰਸਾਰ। ਅੱਗੇ ਆਪਾਂ ਨਾ ਚਿੰਤਾ ਕਰਦੇ ਹਾਂ ਜਦੋਂ ਕੋਈ ਜੀਵ ਚੜ੍ਹਾਈ, ਜਿਵੇਂ ਪਰਿਵਾਰ ਸਰਦਾਰ ਹਰਬੰਸ ਸਿੰਘ ਜੀ ਚੜ੍ਹਾਈ ਕਰ ਗਏ ਨੇ ਕਾਲ ਚਲਾਉਣਾ, ਅਤੇ ਪਰਿਵਾਰ ਨੂੰ ਚਿੰਤਾ ਹੁੰਦੀ, ਜਾਂ ਆਪਾਂ ਵੀ ਬੈਠੇ ਹਾਂ ਗ੍ਰਿਸ਼ਤੀ ਚਿੰਤਾ ਹੁੰਦੀ, ਅਤੇ ਗੁਰੂ ਤੇਗ ਬਹਾਦਰ ਮਾਰ ਅਗਲੀ ਇਗਜ਼ੈਂਪਲ ਵਿੱਚ ਪ੍ਰਮਾਣ ਵਿੱਚ ਜਗ ਰਚਨਾ ਦੀ ਉਹਨੂੰ ਸਿੱਧ ਕਰਨ ਵਾਸਤੇ ਵੀ ਜਗ ਰਚਨਾ ਝੂਠ ਹੈ।
ਦੇ ਕੇ ਸਮਝਾ ਰਹੇ ਨੇ ਸਾਨੂੰ, ਕਹਿੰਦੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਕਹਿੰਦੇ ਚਿੰਤਾ ਕਾਹਦੀ ਕਰਦਾ ਤੂੰ, ਤੇਰੇ ਨਾਲ ਅਣਹੋਣਾ ਹੋਇਆ ਕੋਈ, ਕੋਈ ਹੋਰ ਦੁਨੀਆ ਤੋਂ ਗਿਆ ਨਹੀਂ, ਅਨਹੋਨੀ ਜਿਹੜਾ ਕਿਸੇ ਨਾਲ ਨਾ ਹੋਇਆ ਹੋਵੇ, ਭਾਣਾ ਬੀਤਿਆ ਹੋਵੇ, ਕਿ ਦੁਨੀਆ 'ਤੇ ਕੋਈ ਬਜ਼ੁਰਗ ਗਿਆ ਨਹੀਂ, ਦੁਨੀਆ 'ਤੇ ਕੋਈ ਜਵਾਨ ਗਿਆ ਨਹੀਂ, ਜਾ ਰਹੇ ਨੇ ਸੰਸਾਰ ਤੋਂ, ਜਿੰਨੀ ਜਿੰਨੀ ਆਜੂ ਮਿਲੀ ਉਹਨੂੰ ਭੋਗ ਕੇ ਜਾ ਰਹੇ ਨੇ। ਅਤੇ ਮਾਰ ਕਹਿੰਦੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਅਣਹੋਣਾ ਤਾਂ ਕੋਈ ਨਹੀਂ ਹੋਇਆ, ਚਿੰਤਾ ਤਾਂ ਕਰੇ ਜੇ ਤੇਰੇ ਇਕੱਲੇ ਨਾਲ ਹੋਇਆ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਮਾਰਗ ਕਹਿੰਦੇ ਆਹ ਜਿਹੜਾ ਮਾਰਗ ਜਾ ਰਿਹਾ ਸੰਸਾਰ ਸਾਰੇ ਹੀ ਜਾ ਰਿਹਾ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ, ਕੋਈ ਸੰਸਾਰ ਦਾ ਸਥਿਰ ਨਹੀਂ ਹੈ ਜੀਵ, ਸਾਰੇ ਕਾਲ ਵਸ ਹੋ ਰਹੇ ਨੇ। ਉਹ ਜਿਹੜੇ ਰਾਹ ਦੁਨੀਆ ਜਾਂਦੀ ਹੈ ਸਾਰੇ ਉਹੀ ਰਾਹ ਜਾ ਰਹੇ ਨੇ, ਕਾਲ ਵਸ ਹੋ ਰਹੇ ਨੇ, ਮੌਤ ਵਸ ਹੋ ਰਹੇ ਨੇ। ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਤੂੰ ਵੀ ਤੁਰ ਜਾਣਾ, ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੀ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਤੁਰ ਜਾਣਾ ਇੱਕ ਦਿਨ ਤੈਂ ਵੀ ਤੁਰ ਜਾਣਾ, ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਤੁਰ ਜਾਣਾ।
ਇੱਕ ਦਿਨ ਤੈਂ ਵੀ ਤੁਰ ਜਾਣਾ, ਤੈਂ ਵੀ ਤੁਰ ਜਾਣਾ, ਤੈਂ ਵੀ ਤੁਰ ਜਾਣਾ, ਹਾਂ ਤੈਂ ਵੀ ਤੁਰ ਜਾਣਾ, ਇੱਕ ਦਿਨ ਤੈਂ ਵੀ ਤੁਰ ਜਾਣਾ। ਜਿਹੜੇ ਰਾਂਗੇ ਰਾਂਗੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਰਾਹੇ ਰਾਹੀ ਜਾਂਦੇ ਇੱਕ ਦਿਨ ਤੈਂ ਵੀ ਤੁਰ ਜਾਣਾ, ਜਿਹੜੇ ਰਾਹੇ ਰਾਹੀ ਜਾਂਦੇ ਇੱਕ ਦਿਨ ਚੌਦਾਂ ਸੌ ਉਨੱਤੀ ਅੰਗ ਤੇ ਇਕਵੰਜਵਾਂ ਸਲੋਕ। ਪਹਿਲਾਂ ਆਪ ਜੀ ਨੇ 59 ਸਰਵਣ ਕੀਤਾ, 50 ਤੇ 51 ਹੈ। ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਕਾਹਦੀ ਚਿੰਤਾ ਕਰਦਾ, ਤੇਰੇ ਨਾਲ ਕੋਈ ਅਣਹੋਣਾ ਨਹੀਂ ਹੋਇਆ, ਸਾਰੇ ਸੰਸਾਰ ਦੇ ਸਮਾ ਰਿਹਾ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ, ਇੱਥੇ ਸਦਾ ਥਿਰ ਕੋਈ ਨਹੀਂ ਰਹਿ ਸਕਦਾ। ਇਹ ਰਸਤੇ ਸਾਰੀ ਦੁਨੀਆ ਜਾ ਰਹੀ ਹੈ, ਜਿਹੜੇ ਰਸਤੇ ਜਾ ਰਹੇ ਹਨ, ਜਿਹੜੇ ਰਸਤੇ ਸਰਦਾਰ ਹਰਬੰਸ ਸਿੰਘ ਜੀ ਗਏ ਨੇ, ਆਪਾਂ ਵੀ ਇੱਕ ਦਿਨ ਉਹ ਰਸਤੇ ਜਾਣਾ। ਜਿਹੜੇ ਰਾਹੇ ਰਾਹੀ ਆਹ ਰਾਹ ਜਿਹੜਾ ਜਾ ਰਿਹਾ ਕਾਲ ਰੂਪੀ, ਇਹ ਰਾਹੇ ਜਾਣਾ ਇੱਕ ਦਿਨ। ਜਿਹੜੇ ਰਾਹੇ ਦੁਨੀਆ ਜਾਂਦੀ ਸੰਸਾਰ, ਉਸ ਰਸਤੇ ਜਾਣਾ ਹੈ। ਇਸ ਕਰਕੇ ਮਾਰਗ ਕਹਿੰਦੇ, ਰਾਣਾ ਰਾਉ ਨਾ ਕੋ ਰਹੇ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨ ਬੰਧੇ ਧੀਰ। ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਰਾਣਾ ਹੈ, ਭਾਵੇਂ ਕੋਈ ਰੰਕ ਹੈ, ਕੋਈ ਹੋਵੇ, ਸਾਰਿਆਂ ਵਾਸਤੇ ਸੰਵਿਧਾਨ ਬਰਾਬਰ ਹੈ। ਇਸ ਕਰਕੇ ਜਦੋਂ ਸਮਾਂ ਆ ਗਿਆ, ਉਹ ਜੀਵਤ ਨਹੀਂ ਰਹਿ ਸਕਦਾ। ਨਾ ਜਿਉਣ 'ਚ ਜ਼ੋਰ ਹੈ, ਨਾ ਮਰਨ 'ਚ ਜ਼ੋਰ ਹੈ। ਜਿਹੜੇ ਜਪਜੀ ਸਾਹਿਬ ਰੋਜ਼ ਪੜ੍ਹਦੇ ਨੇ, ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ, ਜ਼ੋਰ ਨਾ ਜੀਵਨ ਮਰਨ ਹੈ ਜ਼ੋਰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਜਿਉਣ ਵਿੱਚ ਵੀ ਜ਼ੋਰ ਨਹੀਂ ਹੈ ਵੀ ਮੈਂ ਆਪਣੇ ਜ਼ੋਰ ਨਾਲ ਜਿਉ ਲਾਂਗਾ, ਫਿਰ ਤਾਂ ਜਿਹੜਾ ਬਿਮਾਰ ਪਿਆ ਉਹ ਤਾਂ ਆਪਣਾ ਜ਼ੋਰ ਵਿਖਾਵੇ ਫਿਰ। ਨਹੀਂ ਨਹੀਂ, ਜ਼ੋਰ ਨਾਲ ਨਹੀਂ ਕੋਈ ਵੀ। ਇਸ ਕਰਕੇ, ਨਹਿ ਬਾਰਕ ਨੈ ਜੁਬ ਨੈ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨੈ ਬੂਝੀਏ ਜੋ ਆਏ ਪਰੈ ਜਮ ਫੰਦ। ਕੋਈ ਪਤਾ ਨਹੀਂ ਕਿਹੜੀ ਅਵਸਥਾ ਵਿੱਚ ਕਾਲ ਨੇ ਆ ਜਾਣਾ। ਬਾਬਾ ਬੁੱਢਾ ਜੀ ਦੀ ਛੋਟੀ ਜਿਹੀ ਉਮਰ ਸੀ ਜਿੱਦਣ ਗੁਰੂ ਨਾਨਕ ਦੇਵ ਮਹਾਰਾਜ ਜੀ ਮਿਲੇ ਨੇ। ਕੱਥੂ ਨੰਗਲ ਦੇ ਇਲਾਕੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜਗਤ ਜਲੰਧਰ ਨੂੰ ਉਤਾਰਦੇ ਹੋਏ ਬਾਹਰ ਜੰਗਲ ਬੀਆਬਾਨ ਹੀ ਹੁੰਦੇ ਸੀ। ਆਪਣੇ ਆਪ ਬਜ਼ੁਰਗ ਬੈਠੇ ਨੇ, ਨੰਬਰਦਾਰ ਜੀ ਬੈਠੇ ਨੇ, ਸਿਆਣੇ ਸਿਆਣੇ ਗੁਰੂ ਘਰ ਦੇ ਕਮੇਟੀ ਮੈਂਬਰ ਬੈਠੇ ਨੇ। ਕਮੇਟੀ ਮੈਂਬਰ ਤੋਂ ਯਾਦ ਆਇਆ, ਦੱਸ ਰਹੇ ਸੀ ਬਾਬਾ ਜੀ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ, ਸਾਧ ਸੰਗਤ ਜੀ ਗ੍ਰੰਥੀ ਨਹੀਂ,
ਐਵੇਂ ਦੇ ਪ੍ਰਚਾਰਕ ਵਿਦਵਾਨ ਨਹੀਂ ਹੋ ਸਕਦੇ, ਬੜੇ ਘੱਟ ਜਿਨ੍ਹਾਂ ਨੇ ਆਉਣਾ ਸੀ ਤਾਂ ਨਾ ਕਈ ਐਸੇ ਪ੍ਰਚਾਰ ਅਤੇ ਸ਼ਰਧਾ ਭਾਵਨਾ ਕੀ ਲੇਖਾ ਗੁਰੂ ਗ੍ਰੰਥ ਸਾਹਿਬ ਮਾਰਤੇ ਕਿੰਨੀ ਕੁ ਹੈ। ਅਤੇ ਜਿੱਥੇ ਐਸੇ ਹੁੰਦੇ ਨੇ ਰੱਬ ਦੇ ਪਿਆਰੇ, ਉਹ ਨਗਰਦਵੀ ਦਾ ਵੀ ਭਲਾ ਹੋ ਜਾਂਦਾ ਸਤਸੰਗ ਜੀ। ਐਸੇ ਨਗਰਾਂ 'ਚ ਕੋਈ ਵਿਰਲੇ ਹੀ ਹੁੰਦੇ ਨੇ ਐਸੇ ਜੀਵਨ ਵਾਲੇ। ਅਤੇ ਬਾਬਾ ਜੀ ਦੱਸ ਰਹੇ ਸੀ, ਬਾਬਾ ਕਰਨੈਲ ਸਿੰਘ ਜੀ ਸਤਸੰਗ ਜੀ, ਵੈਸੇ ਕਮਾਈ ਵਾਲਾ ਮੁੱਖ ਵੈਸੇ ਜਿਹੜਾ ਨਾ ਸੁਭਾਵਿਕ ਬਚਨ ਵੀ ਕਰਦੇ ਨਾ ਕਿਸੇ ਦੇ ਭਲੇ ਵਾਸਤੇ, ਹੋ ਜਾਂਦੇ ਨੇ ਕਿਸੇ ਨਗਰ 'ਚ ਹੋਇਆ ਵੀ ਹੋਣਾ ਤੁਹਾਡੇ ਨਾਲ ਬੀਤਿਆ ਹੋਣਾ। ਅਸੀਂ ਛੋਟੇ ਜਿਹੇ ਸੀ, ਅਸੀਂ ਇਸ ਤਰ੍ਹਾਂ ਹੀ, ਸਾਨੂੰ ਕੁਝ ਨਹੀਂ, ਪਾਠ ਨਹੀਂ ਆਉਂਦਾ ਸੀ ਕੁਝ ਨਹੀਂ, ਅਤੇ ਅਸੀਂ ਬਚਨ ਕਿਹਾ ਬਾਬਾ ਜੀ ਨੇ ਇਹਨਾਂ ਨੂੰ, ਗ੍ਰੰਥੀ ਸਿੰਘ ਨੂੰ। ਸਾਨੂੰ ਯਾਦ ਹੈ 2002 'ਚ ਸ਼ਾਇਦ ਮਿਲਾਪ ਹੋਇਆ ਸੀ, ਵੀ ਸਾਨੂੰ ਆਪਣੇ ਲੜ ਲਾਓ ਜੀ। ਅਤੇ ਇਹਨਾਂ ਨੇ ਉਦੋਂ ਬਚਨ ਕੀਤਾ ਸੀ ਵੀ ਤੁਸੀਂ ਇਹ ਨਗਰਾਂ 'ਚ ਕੀਰਤਨ ਕਰਿਆ ਕਰੋਗੇ। ਦੇਖੋ ਬਚਨ, ਕਰਮਖੰਡ ਕੀ ਬਾਣੀ ਜੋਰ, ਜਿਨ੍ਹਾਂ ਦੇ ਮੁੱਖ 'ਤੇ ਬਾਣੀ ਦੇ ਜਾਪ ਨੇ, ਉਹ ਬਾਬਾ ਜੀ